ਹੈਲੋ ਗਾਈਸ, ਸਤਿ ਸ਼੍ਰੀ ਅਕਾਲ। ਮੇਰਾ ਨਾਮ ਸੰਦੀਪ ਕੁਮਾਰ, ਮੈਂ ਕੋਟੀ ਸੇਖਾਂ ਸ਼ਹਿਰ ਤੋਂ ਬਿਲੋਂਗ ਕਰਦਾ ਹਾਂ। ਅਤੇ ਮੈਂ ਮੋਟਾਪੇ ਤੋਂ, ਆਪਣੇ ਅਤੇ ਦਿਲ ਦੀ ਧੜਕਣ ਤੋਂ, ਹਾਰਟਬੀਟ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਸੀਗਾ। ਡਿਪਰੈਸ਼ਨ ਵੀ ਮੈਨੂੰ ਬਹੁਤ ਜ਼ਿਆਦਾ ਸੀਗਾ ਅਤੇ ਮੋਟਾਪੇ ਤੋਂ ਲੈ ਕੇ ਤਾਂ ਮੈਂ ਕਾਫੀ ਹੀ ਸਾਲਾਂ ਤੋਂ ਪਰੇਸ਼ਾਨ ਚੱਲ ਰਿਹਾ ਸੀਗਾ। ਬਹੁਤ ਹੀ ਜ਼ਿਆਦਾ ਪ੍ਰੋਟੀਨ ਵਗੈਰਾ ਬਹੁਤ ਕੁਛ ਮੈਂ ਲਿਆ, ਪਰ ਕੋਈ ਫਰਕ ਨਹੀਂ ਪਿਆ ਗਾ। ਫਿਰ ਮੇਰੇ ਇੱਕ ਦੋਸਤ ਨੇ ਮੈਨੂੰ ਡਾਕਟਰ ਅਮਿਸੂਦ ਜੀ ਬਾਰੇ ਦੱਸਿਆ ਕਿ ਤੁਸੀਂ ਇੱਕ ਵਾਰੀ ਉਹਨਾਂ ਨੂੰ ਮਿਲੋ। ਮੈਂ ਉਹਨਾਂ ਨੂੰ ਮਿਲਿਆ, ਉਹਨਾਂ ਨੇ ਮੈਨੂੰ ਓਪਰੇਟ ਦੀ ਸਲਾਹ ਦਿੱਤੀ ਅਤੇ ਮੇਰਾ ਬਹੁਤ ਵਧੀਆ ਓਪਰੇਟ ਕੀਤਾ। ਅੱਜ ਮੈਂ 2.5 ਮਹੀਨੇ ਬਾਅਦ ਦਿਖਾਉਣ ਆਇਆ ਅਤੇ ਮੇਰਾ 37 ਕਿਲੋ ਵਜ਼ਨ ਘੱਟ ਚੁੱਕਾ ਵਾ ਅਤੇ ਕੋਈ ਵੀ ਮੈਨੂੰ ਕਿਸੇ ਧਰਮ ਦੀ ਪ੍ਰੋਬਲਮ ਨਹੀਂ ਆਏਗੀ। ਨਾ ਮੇਰਾ ਹਾਰਟ ਸਾਹ ਚੜ੍ਹਦਾ ਹੁਣ, ਨਾ ਹਾਰਟਬੀਟ ਦੀ ਪ੍ਰੋਬਲਮ ਹੈ ਕੋਈ, ਨਾ ਡਿਪਰੈਸ਼ਨ ਦੀ। ਮੈਂ ਕਿਸੇ ਤਰ੍ਹਾਂ ਦੀ ਕੋਈ ਮੈਡੀਸਨ ਨਹੀਂ ਖਾ ਰਿਹਾ ਅਤੇ ਅਮਿਸੂਦ ਜੀ ਨੇ ਬਹੁਤ ਵਧੀਆ ਹੀ ਮੇਰਾ ਇਲਾਜ ਕੀਤਾ ਅਤੇ ਇਹਨਾਂ ਦਾ ਸਟਾਫ ਵੀ ਬਹੁਤ ਵਧੀਆ ਹੈ। ਅਤੇ ਮੇਰਾ ਇੱਕ ਛੋਟਾ ਜਿਹਾ ਮੈਸੇਜ ਇਹ ਆ ਕਿ ਤੁਸੀਂ ਵੱਡੇ ਸ਼ਹਿਰਾਂ ਵਿੱਚ ਜਾਂਦੇ ਹੋ, ਜਿਵੇਂ ਸਾਨੂੰ ਲੁਧਿਆਣਾ, ਅੰਮ੍ਰਿਤਸਰ, ਚੰਡੀਗੜ੍ਹ ਵਿੱਚ ਨਾ ਜਾਂਦੇ ਹੋਏ, ਇੱਕ ਮੋਗਾ ਸ਼ਹਿਰ ਵਿੱਚ, ਆਪਣੇ ਹੀ ਸ਼ਹਿਰ ਵਿੱਚ, ਮੋਗਾ ਸ਼ਹਿਰ 'ਚ ਇੱਕ ਵਾਰ ਡਾਕਟਰ ਅਮਿਸੂਦ ਜੀ ਨੂੰ ਜ਼ਰੂਰ ਮਿਲੋ। ਸਤਿ ਸ਼੍ਰੀ ਅਕਾਲ।